तनु अटेंशन सीकर है, छोटे कपड़े पहनती है, इसका मतलब ये नहीं कि शी इज अ स्लट एंड शी इज गोना स्लीप अराउंड। नानकी, विजय इज योर बॉयफ्रेंड, यू हैव टू ट्रस्ट हिम। नेटफ्लिक्स ते चल रही वेब सीरीज गिल्टी विच एक किरदार लई वरते गए शब्द नानकी उपर सख्त इतराज उठे हन। अदे सिख वकील नीना सिंह वल्लों नेटफ्लिक्स अते इस वेब सीरीज दी डायरेक्टर रुचि नारायण नू लीगल नोटिस भेजा गया है। नोटिस मुताबिक इस वेब सीरीज विच एक किरदार निभा रही कैरा अडवाणी नू नानकी नामी किरदार नाल फिल्माया गया है। ए वेब सीरीज कालज जांदे मुंडे कुड़ियां दी जिंदगी नू उभारदी है। इस विच नशे, व्याह तों पहलां जिनसी संबंध, सिगरट नोशी, शराब दा इस्तेमाल अते इस दी भाषा भी कामुक अते भड़काऊ है। इस विच कैरा अडवाणी ਵੱਲੋਂ ਨਿਭਾਇਆ ਜਾ ਰਿਹਾ ਇਹ ਕਿਰਦਾਰ ਇਸ ਸਭ ਦੇ ਇਰਦ ਗਿਰਦ ਘੁੰਮਦਾ ਹੈ ਅਤੇ ਉਸ ਲਈ ਨਾਨਕੀ ਸ਼ਬਦ ਦਾ ਵਰਤਣਾ ਦੁੱਖ ਪਹੁੰਚਾਉਣ ਵਾਲਾ ਹੈ, ਕਿਉਂਕਿ ਬੀਬੀ ਨਾਨਕੀ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵੱਡੀ ਭੈਣ ਸਨ ਅਤੇ ਉਹਨਾਂ ਦਾ ਨਾਮ ਇੱਕ ਅਜਿਹੇ ਕਿਰਦਾਰ ਲਈ ਵਰਤਣਾ ਬੇਹੱਦ ਮੰਦਭਾਗਾ ਹੈ ਜੋ ਫਿਲਮ ਵਿੱਚ ਇਸ ਤਰ੍ਹਾਂ ਦੇ ਆਚਰਣ ਦਾ ਪ੍ਰਗਟਾਵਾ ਕਰਦਾ ਹੋਵੇ ਜੋ ਕਿਸੇ ਵੀ ਪੱਖੋਂ ਤਰਕ ਸੰਗਤ ਨਹੀਂ ਬਲਕਿ ਬੇਹੱਦ ਇਤਰਾਜ਼ ਯੋਗ ਹੈ। ਫਿਲਮ ਦੀ ਡਾਇਰੈਕਟਰ ਰੁਚੀ ਨਾਰਾਇਣ ਨੂੰ ਮੁਖਾਤਿਬ ਹੁੰਦਿਆਂ ਕਿ ਤੁਸੀਂ ਹਿੰਦੂ ਭਾਵਨਾ ਨੂੰ ਧਿਆਨ 'ਚ ਰੱਖਦਿਆਂ ਇਸ ਕਿਰਦਾਰ ਲਈ ਸੀਤਾ ਜਾਂ ਰਾਧਾ ਨਾਮ ਦਾ ਇਸਤੇਮਾਲ ਕਿਉਂ ਨਹੀਂ ਕੀਤਾ ਤਾਂ ਫਿਰ ਕੀ ਤੁਸੀਂ ਜਾਣ ਬੁੱਝ ਕੇ ਸਾਜਿਸ਼ ਤਹਿਤ ਸਿੱਖ ਭਾਵਨਾਵਾਂ ਦੀ ਕਦਰ ਨਾ ਕਰਦਿਆਂ ਇਸ ਨਾਨਕੀ ਨਾਮ ਦਾ ਇਸਤੇਮਾਲ ਕੀਤਾ ਹੈ? ਇਹ ਸਿੱਖ ਭਾਵਨਾਵਾਂ ਨੂੰ ਭੜਕਾਉਣ ਵਾਲਾ ਹੈ, ਠੇਸ ਪਹੁੰਚਾਉਣ ਵਾਲਾ ਹੈ। ਤੇ ਜਦੋਂ ਤੁਹਾਨੂੰ ਪਤਾ ਹੈ ਕਿ ਇਸ ਵੇਲੇ ਪੂਰਾ ਸਿੱਖ ਸਮਾਜ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਮਨਾ ਰਿਹਾ ਹੈ ਤਾਂ ਤੁਸੀਂ ਇਸ ਤਰੀਕੇ ਨਾਲ ਸਿੱਖ ਮਨਾਂ ਨੂੰ ਠੇਸ ਪਹੁੰਚਾਉਣ ਦੀ ਸਾਜਿਸ਼ ਕਰ ਰਹੇ ਹੋ। 6 ਮਾਰਚ ਨੂੰ ਸ਼ੁਰੂ ਹੋਣ ਜਾ ਰਹੀ ਇਸ ਵੈਬ ਸੀਰੀਜ਼ ਬਾਰੇ ਜਾਰੀ ਤੁਹਾਡੇ ਵਿਗਿਆਪਨਾਂ ਤੋਂ ਬਾਅਦ ਅਸੀਂ ਤੁਹਾਨੂੰ ਖਬਰਦਾਰ ਕਰਦੇ ਹਾਂ ਕਿ ਇਸ ਗਲਤੀ ਨੂੰ ਸੁਧਾਰੋ, ਕਿਉਂਕਿ ਜੇਕਰ ਤੁਸੀਂ ਇਹ ਵੈਬ ਸੀਰੀਜ਼ ਬਿਨਾਂ ਗਲਤੀ ਸੁਧਾਰਿਆਂ ਆਨਏਅਰ ਕੀਤੀ ਤਾਂ ਮੈਂ ਅਤੇ ਸਮੁੱਚੀ ਸਿੱਖ ਸੰਗਤ ਤੁਹਾਡੇ ਸਾਰਿਆਂ ਖਿਲਾਫ ਕਾਨੂੰਨੀ ਸ਼ਿਕਾਇਤ ਕਰਾਂਗੇ ਤੇ ਤੁਹਾਡੇ ਖਿਲਾਫ ਸਿਵਲ ਐਕਸ਼ਨ ਲੈਣ ਲਈ ਕੋਰਟ ਵਿੱਚ ਸ਼ਿਕਾਇਤ ਕੀਤੀ ਜਾਵੇਗੀ। ਉਹਨਾਂ ਨੇ ਕਿਹਾ ਕਿ ਅਸੀਂ SGPC ਅਤੇ DSGMC ਨੂੰ ਵੀ ਇਸ ਬਾਰੇ ਲਿਖਤੀ ਸ਼ਿਕਾਇਤ ਦਿੱਤੀ ਹੈ, ਸੋ 2 ਦਿਨਾਂ ਦੇ ਅੰਦਰ ਤੁਸੀਂ ਇਸ ਪਾਸੇ ਧਿਆਨ ਦਿਓ ਅਤੇ ਪੂਰੀ ਵੈਬ ਸੀਰੀਜ਼ ਵਿੱਚ ਕੀਤੀ ਇਸ ਵੱਡੀ ਗਲਤੀ ਨੂੰ ਸੁਧਾਰੋ, ਨਹੀਂ ਤਾਂ ਤੁਹਾਡੇ ਖਿਲਾਫ ਕਾਨੂੰਨੀ ਕਾਰਵਾਈ ਆਰੰਭੀ ਜਾਵੇਗੀ। ਇਹ ਕੋਈ ਪਹਿਲਾ ਮਾਮਲਾ ਨਹੀਂ, ਇਸ ਤੋਂ ਪਹਿਲਾਂ ਵੀ ਸੋਚੀ ਸਮਝੀ ਸਾਜਿਸ਼ ਤਹਿਤ ਸਿੱਖ ਕਿਰਦਾਰਾਂ ਨੂੰ ਵਿਗਾੜ ਕੇ ਪੇਸ਼ ਕਰਨ ਅਤੇ ਸਿੱਖ ਇਤਿਹਾਸਿਕ ਕਿਰਦਾਰਾਂ ਨਾਲ ਛੇੜਛਾੜ ਦੇ ਮਾਮਲੇ ਸਾਹਮਣੇ ਆਉਂਦੇ ਰਹੇ ਹਨ। ਜੇਕਰ ਤੁਹਾਡਾ ਵੀਜ਼ਾ ਰਿਫਿਊਜ਼ ਹੋ ਗਿਆ ਹੈ, ਚਾਹੇ ਉਹ ਟੂਰਿਸਟ ਵੀਜ਼ਾ ਹੋਏ ਜਾਂ ਫਿਰ ਉਹ ਸਟੱਡੀ ਵੀਜ਼ਾ, ਕਿਸੇ ਵੀ ਕਾਰਨ ਤੋਂ, ਚਾਹੇ SOP ਜਾਂ ਫਿਰ ਤੁਹਾਡੀ ਕੋਰਸ ਦੀ ਸਿਲੈਕਸ਼ਨ ਗਲਤ ਹੋ ਗਈ ਹੈ, ਸੋ ਡੋਂਟ ਵਰੀ, ਵੀ ਹੈਵ ਬੈਸਟ ਡੈਡੀਕੇਟਿਡ ਕੈਨੇਡੀਅਨ ਟੀਮ ਫਰੋਮ ਕੈਨੇਡਾ ਜੋ ਕਿ ਤੁਹਾਨੂੰ 100% ਵੀਜ਼ਾ ਲਗਵਾਉਣ ਵਿੱਚ ਹੈਲਪ ਕਰੇਗੀ। ਦੇਰ ਇਜ਼ ਨੋ ਐਪਲੀਕੇਸ਼ਨ ਫੀ ਫਾਰ ਦਾ ਫਸਟ 100 ਸਟੂਡੈਂਟਸ ਹੂ ਆਰ ਅਪਲਾਈਂਗ ਇਨ ਦਾ ਮੰਥ ਆਫ ਜਨਵਰੀ ਐਂਡ ਫੈਬਰੀ। ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।